श्री अकाल तख्त साहब के बिलकुल लागे नजदीक यह हुक्मनामे धज्जियां डा रहा बंदा इन्ना इन इन्ने डर हो के बैठा अज जथेबंदियां ने पक्का मोर्चा ला लिया। ਕੱਲ ਦੀ ਕਾਰਵਾਈ ਤੋਂ ਬਾਅਦ ਉਹਨਾਂ ਤੇ ਪਰਚਾ ਹੋ ਗਿਆ ਵਾ, ਹੁਣ ਤੁਹਾਡੀ ਕੀ ਮੰਗ ਕੀ? ਪਰਚਾ ਹੋ ਤੇ ਗਿਆ ਹੈ, ਉਹਨਾਂ ਨੂੰ ਅਰੈਸਟ ਤੋਂ ਪੁਲਿਸ ਤੁਰੰਤ ਕਰ ਲਵੇ, ਚੰਗੇ ਰਹਿ ਜੂਗੀ ਪੁਲਿਸ ਵੀ। ਤੇ ਦੂਸਰਾ ਇਹ ਆ ਕਿ ਇਹ ਇੱਥੋਂ ਜਿੰਨ ਅਸੀਂ ਉਨੇ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਇਹ ਭਾਵ ਕੇ ਪੋਥੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਇਹ ਕੋਈ ਵਾਪਸ ਨਹੀਂ ਲੈਂਦੀ ਤੇ ਅੱਜ ਤੋਂ ਬਾਅਦ ਇਹ ਕੋਈ ਛਪਾਈ ਨਹੀਂ ਕਰੇਗਾ। ਹੁਣ ਤੁਹਾਡਾ ਪੱਕਾ ਮੋਰਚਾ? ਪੱਕਾ ਮੋਰਚਾ ਸਾਡਾ, ਅਸੀਂ ਨਹੀਂ ਜਾਵਾਂਗੇ। ਜਿਹੜੇ ਇਹ ਬੈਠੇ ਨੇ ਚਿਹਰੇ, ਕੀ ਕੇਵਲ ਇਹਨਾਂ ਦਾ ਹੀ ਫਰਜ਼ ਵਾ? ਬਾਕੀ ਬਹੁਤ ਸੰਸਥਾਵਾਂ ਬੈਠੀਆਂ ਨੇ, ਸਤਿਕਾਰਯੋਗ ਨੇ, ਪਰ ਮੈਨੂੰ ਇੱਥੋਂ ਜਾਪਦਾ ਕਿ ਇਹ ਉਹ ਲੋਕ ਇਹਨਾਂ ਦੇ ਕੋਲੋਂ ਛਪਾਈ ਕਰਾਉਂਦੇ ਨੇ। ਜੇਕਰ ਉਹ ਛਪਾਈ ਇਹਨਾਂ ਦੇ ਕੋਲੋਂ ਨਾ ਕਰਾਉਂਦੇ, ਆ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਪਹਿਲ ਦਿੰਦਿਆਂ ਹੋਇਆਂ ਅਤੇ ਅੱਜ ਇਹਨੇ ਕਵਾੜ ਵੇਚਣਾ ਸੀ ਕਵਾੜ, ਇਹੋ ਬੰਦਾ ਜਿਨ੍ਹਾਂ ਨੇ ਪਤਾ ਨਹੀਂ ਕਰੋੜਾਂ ਰੁਪਈਆਂ ਦਾ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਜਦੋਂ ਹੀ ਰੁੰਨ ਫੜੀ ਗਈ ਇਸ ਪਰਿਵਾਰ ਦੇ ਕੋਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੀ ਇਹ ਛਪਾਈ ਕਰ ਰਹੇ ਸੀ, ਸਰਕਾਰ ਨੇ ਉਦੋਂ ਪਾਬੰਦੀ ਲਾਈ, ਉਹ ਸਤਿਕਾਰ ਕਮੇਟੀ ਦੇ ਬਾਰੇ ਮਿੰਟੋ ਮਿੰਟੀ ਅਖਬਾਰਾਂ 'ਚ ਡੀ ਜੀ ਪੀ ਨੂੰ ਚਿੱਠੀਆਂ ਕੱਢ ਦਿੰਦੇ ਨੇ ਅਤੇ ਇਹ ਜਿਹੜੇ ਬੈਠੇ ਨੇ ਸਾਡੇ 'ਤੇ ਡਾਂਗਾ ਮਾਰਨ ਵਾਸਤੇ, ਵਾਸ਼ਰਾਂ ਕਰਨ ਵਾਸਤੇ, ਡਾਂਗਾਂ ਦੀਆਂ ਸਾਡੀਆਂ ਮੋਹਰਾਂ ਭੰਨਣ ਵਾਸਤੇ ਦੇ, ਉਦੋਂ ਟਾਸਕ ਫੋਰਸ ਲੈ ਆਉਂਦੇ ਹਾਂ, ਹੁਣ ਕਿੱਥੇ ਗਈ ਇਹਨਾਂ ਦੀ ਟਾਸਕ ਫੋਰਸ? ਹੁਣ ਲੈ ਕੇ ਆਉਣਾ, ਹੁਣ ਲਿਆਉਣਾ ਇਹਨਾਂ ਨੂੰ ਬਾਹਰ ਨਹਾਉਣਗੇ ਕਿ ਜਿਹਨਾਂ ਨੇ ਮਹਾਰਾਜ ਦੀ ਪੁੱਤਰ ਬਣ ਕੇ ਨਿਰਾਦਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਗੁਰੂ ਨਾਨਕ ਨਾਮ ਸਿੱਖਾਂ ਵੱਲੋਂ ਜਿਹੜੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨਜ਼ਦੀਕ ਜੀਵਨ ਸਿੰਘ ਅਤੇ ਚਤਰ ਸਿੰਘ ਦੀ ਜਿਹੜੀ ਛਪਾਈ ਵਾਲੀ ਪ੍ਰੈਸ ਹੈ, ਜਿੱਥੇ ਬੜੇ ਚਿਰ ਤੋਂ ਇਹ ਇਨਸਾਨ ਨਿਰਾਦਰ ਕਰਦਾ ਆ ਰਿਹਾ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ, ਇਹਦੇ ਵਾਸਤੇ ਹੁਕਮਨਾਮਾ ਵੀ ਜਾਰੀ ਹੋਇਆ 98 ਦੇ ਵਿੱਚ। ਉਦੋਂ ਜਥੇਦਾਰ ਰਣਜੀਤ ਸਿੰਘ ਜੀ ਜਿਹੜੇ ਇਹੋ ਜਿਹੇ ਸਾਬਕਾ ਜਥੇਦਾਰ ਨੇ, ਵਿਸ਼ੇਸ਼ ਤੌਰ 'ਤੇ ਇਸ ਫਰਮ ਦਾ ਨਾਮ ਹੀ ਹੈ ਵਿੱਚ ਕਿ ਕੋਈ ਵੀ ਇਹ ਗੁਰਬਾਣੀ ਦੀ ਪੋਥੀ ਦੀ ਛਪਾਈ ਨਹੀਂ ਕਰ ਸਕਦਾ, ਪਰ ਪਤਾ ਨਹੀਂ ਜਿਹੜੇ ਇੱਥੇ ਜਥੇਦਾਰ ਬੈਠੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਇਹ ਗਵਾਂਢ ਮੱਥੇ ਦੇ ਕਰਕੇ ਪਤਾ ਨਹੀਂ ਲਿਹਾਜ਼ ਕਰੀ ਜਾ ਰਹੇ ਆ, ਅਤੇ ਪਤਾ ਨਹੀਂ ਹੁਸ਼ਲੜਾ ਦੇਈ ਜਾਂਦੇ ਆ ਕਿ ਕੋਈ ਡੱਬੇ ਮਠਿਆਈ ਦੇਈ ਜਾਂਦੀ ਇਹਨਾਂ ਨੂੰ, ਅਤੇ ਜਾਂ ਜਿਹੜੇ ਇਹਨਾਂ ਦੇ ਹੋਟਲ ਆ ਉਹਨਾਂ ਦੇ ਕਮਰੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਫਰੀ ਦਿੰਦੇ, ਤਾਂ ਕਰਕੇ ਇਹ ਜਿਹੜੀ ਪ੍ਰਾਈਵੇਟ ਪ੍ਰੈਸ ਵਾ ਇਹ ਬੰਦ ਨਹੀਂ ਹੋ ਸਕੀ। ਪਰ ਹੁਣ ਅੱਜ ਕੱਲ੍ਹ ਜੋ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਮਨਜੀਤ ਸਿੰਘ ਝਬਾਲ ਅਤੇ ਨਾਲ ਤੇਜਵੀਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਇਹਨਾਂ ਦੀ ਜਿਹੜੀ ਫੈਕਟਰੀ ਆ ਈਸਟ ਮੋਹ ਨਗਰ ਦੇ ਵਿੱਚ ਜਿੱਥੇ ਇਹ ਛਪਾਈ ਦਾ ਸਾਰਾ ਪ੍ਰਬੰਧ ਕਰਦੇ ਨੇ, ਉੱਥੇ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਬਹੁਤ ਨਿਰਾਦਰ ਹੋਇਆ। ਸ਼ਰਾਬ ਦੀਆਂ ਖਾਲੀ ਬੋਤਲਾਂ, ਤੰਬਾਕੂ ਅਤੇ ਗੁੜਕੇ ਸਾਹਿਬ ਤੇਲ ਵਾਲੇ ਡਰਾਮਾ ਦੇ ਉੱਤੇ ਪਏ ਹੋਏ ਨੇ। ਇਹਦੇ ਉੱਤੇ ਲਿਖਿਆ ਹੋਇਆ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਮੈਂ ਇੱਕ ਨਾਲ ਬੇਨਤੀ ਕਰ ਦੇਵਾਂ ਕਿ ਜਿਹੜੇ ਇਹ ਬੈਠੇ ਨੇ ਚਿਹਰੇ, ਕੀ ਕੇਵਲ ਇਹਨਾਂ ਦਾ ਹੀ ਫਰਜ਼ ਵਾ? ਬਾਕੀ ਬਹੁਤ ਸੰਸਥਾਵਾਂ ਬੈਠੀਆਂ ਨੇ, ਸਤਿਕਾਰਯੋਗ ਨੇ, ਪਰ ਮੈਨੂੰ ਇੱਥੋਂ ਜਾਪਦਾ ਕਿ ਇਹ ਉਹ ਲੋਕ ਇਹਨਾਂ ਦੇ ਕੋਲੋਂ ਛਪਾਈ ਕਰਾਉਂਦੇ ਨੇ। ਜੇਕਰ ਉਹ ਛਪਾਈ ਇਹਨਾਂ ਦੇ ਕੋਲੋਂ ਨਾ ਕਰਾਉਂਦੇ, ਆ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਪਹਿਲ ਦਿੰਦਿਆਂ ਹੋਇਆ ਅਤੇ ਅੱਜ ਇਹਨੇ ਕਵਾੜ ਵੇਚਣਾ ਸੀ ਕਵਾੜ, ਇਹੋ ਬੰਦਾ ਜਿਨ੍ਹਾਂ ਨੇ ਪਤਾ ਨਹੀਂ ਕਰੋੜਾਂ ਰੁਪਈਆਂ ਦਾ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਜਦੋਂ ਹੀ ਰੁੰਨ ਫੜੀ ਗਈ ਇਸ ਪਰਿਵਾਰ ਦੇ ਕੋਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੀ ਇਹ ਛਪਾਈ ਕਰ ਰਹੇ ਸੀ, ਸਰਕਾਰ ਨੇ ਉਦੋਂ ਪਾਬੰਦੀ ਲਾਈ ਜਦੋਂ 52 ਧੰਨ ਗੁਰੂ ਗ੍ਰੰਥ ਸਾਹਿਬ ਜੀ ਸੁਰਿੰਦਰ ਸਿੰਘ ਦੇ ਨਾਂ 'ਤੇ ਵਿਅਕਤੀ ਦਿੱਲੀ ਲੈ ਕੇ ਜਾ ਰਿਹਾ ਇੱਕ ਵੈਨ ਦੇ ਵਿੱਚ। ਉਹ ਦੋਨੋਂ ਜੀ ਸਨ, ਦੋਨਾਂ ਨੇ ਜੁੱਤੀਆਂ ਪਾਈਆਂ ਹੋਈਆਂ ਸਨ ਅਤੇ ਦਾਸ ਨੂੰ ਰਈਏ ਵਿੱਚ ਉਹ ਵੈਨ ਮਿਲੀ। ਦਾਸ ਨੇ ਬੱਸ ਮਗਰ ਲਾ ਕੇ ਬਿਆਸ ਜਾ ਕੇ ਵੈਨ ਘੇਰ ਲਈ, ਉਹਦੇ ਵਿੱਚ 52 ਧੰਨ ਗੁਰੂ ਗ੍ਰੰਥ ਸਾਹਿਬ ਸਨ ਅਤੇ ਇੱਕ ਦੂਜੀਆਂ ਧਾਂਕਾਂ ਲਾ ਕੇ ਰੱਖੇ ਹੋਏ ਸਨ। ਅਤੇ ਜਦੋਂ ਅਸੀਂ ਉਹ ਪਵਿੱਤਰ ਗੁਰਬਾਣੀ ਦੇ ਨਿਰਾਦਰ ਗੁਰੂ ਸਾਹਿਬ ਜੀ ਦੇ ਵੇਖੇ, ਉਹ ਇੱਥੇ ਲਿਆਂਦੇ ਗਏ ਜਥੇਬੰਦੀਆਂ ਵੱਲੋਂ, ਇਹਦਾ ਮੂੰਹ ਵੀ ਕਾਲਾ ਕੀਤਾ ਗਿਆ। ਪੰਜਾਬ ਸਰਕਾਰ ਨੇ ਤੁਰੰਤ ਫੈਸਲਾ ਲਿਆ, ਉਦੋਂ ਕਾਲੀ ਸਰਕਾਰ ਸੀ, ਕਿ ਕੋਈ ਵੀ ਪ੍ਰਾਈਵੇਟ ਪ੍ਰੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨਹੀਂ ਕਰ ਸਕਦੀ, ਚਲੋ ਪਾਬੰਦੀ ਲੱਗ ਗਈ। ਪਰ ਇਹਦੇ ਅੰਦਰ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੰਮਾ ਸਮਾਂ ਅੰਦਰੇ ਪਏ ਰਹੇ, ਕਿਉਂਕਿ ਪਾਬੰਦੀ ਲੱਗ ਗਈ ਸੀ। ਅਤੇ ਮੈਂ ਰਜਿੰਦਰ ਸਿੰਘ ਮਹਿਤੇ ਵਰਗਿਆਂ ਨਾਲ ਗੱਲ ਕੀਤੀ, ਉਹਨਾਂ ਨਾਲ ਕਰ ਸਕਦਾ ਸੀ ਕਿ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਏ ਨੇ, ਜਦੋਂ ਬਾਅਦ ਦੇ ਵਿੱਚ ਇਹਨਾਂ ਦੇ ਕੋਲੋਂ ਸਮੈਕ 'ਤੇ ਹੀ ਰੁਣ ਫੜੀ ਗਈ, ਉਦੋਂ ਆਣ ਕੇ ਕਿਸੇ ਅਫਸਰ ਨੇ ਸਾਨੂੰ ਫੋਨ 'ਤੇ ਕਿਹਾ ਕਿ ਮੁਸਲ ਸਾਹਿਬ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਉੱਦਾਂ ਧੰਕਾ ਲਾ ਕੇ ਪਏ ਹੋਏ ਨੇ ਅਤੇ ਬਹੁਤ ਘਟਾ ਪਿਆ ਹੋਇਆ। ਹੀਰੋਇਨ ਵੀ ਫੜੀ ਗਈ, ਹੀਰੋਇਨ ਤੋਂ ਬਾਅਦ ਮੁੰਡੇ, ਇਹਦਾ ਪਤਾ ਨਹੀਂ ਪ੍ਰਭਜੀਤ ਕਿਹੜਾ ਮੁੰਡਾ ਬਰੀ ਹੋ ਗਿਆ ਆ,
ਤੇ ਦੋ ਜਥੇਦਾਰਾਂ ਨੇ ਉਹਨੂੰ ਸਨਮਾਨਿਤ ਕੀਤਾ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਅਖਬਾਰਾਂ 'ਚ ਖਬਰਾਂ ਲੱਗੀਆਂ, ਇੱਕ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦਾ ਸੀ ਅਤੇ ਇੱਕ ਇਕਬਾਲ ਸਿੰਘ ਪਟਨਾ ਸਾਹਿਬ ਵਾਲਿਆਂ, ਦੋਵਾਂ ਜਥੇਦਾਰਾਂ ਨੇ ਇਹਨੇ ਮੁੰਡਿਆਂ ਨੂੰ ਹੀਰੋਇਨ ਦੇ ਜਦੋਂ ਬਰੀ ਹੋ ਗਿਆ, ਪੈਸਾ ਸੀ ਹੋ ਸਕਦੇ ਸਨ। ਇਹ ਬੰਦੇ ਲੰਮੇ ਸਮੇਂ ਤੋਂ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਨਿਰਾਦਰ ਕਰਦੇ ਆ ਰਹੇ ਨੇ। ਜਿਹੜਾ ਕੱਲ੍ਹ ਦਾ ਸਮਾਂ ਸਿੰਘਾਂ ਨੇ ਉੱਥੇ ਜਾ ਕੇ ਸਾਰਾ ਵੀਡੀਓਗ੍ਰਾਫਰੀ ਕੀਤੀ ਹੈ, ਉਹਦੇ 'ਚ ਇਹ ਪਰਿਵਾਰ ਦੋਸ਼ੀ ਪਾਇਆ ਗਿਆ ਵਾ। ਇਹ ਜਿਹੜਾ ਜਦੋਂ ਦਾ ਅਸੀਂ ਕਹਿ ਰਹੇ ਹਾਂ ਹੁਕਮਨਾਮਾ ਜਾਰੀ ਹੋਇਆ ਵਾ, ਅਤੇ ਜੇ ਉਦੋਂ ਦੀ ਪਾਬੰਦੀ ਲੱਗ ਜਾਂਦੀ ਤਾਂ ਅੱਜ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਨਿਰਾਦਰ ਨਹੀਂ ਹੋਣਾ। ਇਹ ਨਿਰਾਦਰ ਕਿਹਨਾਂ ਨੇ ਕਰਾਇਆ? ਜਿਹੜੇ ਇਸ ਵੇਲੇ ਤਖਤਾਂ 'ਤੇ ਕਾਬਜ਼ ਹੋਏ ਨੇ, ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਏ ਨੇ, ਜਿਹਨਾਂ ਕੋਲ ਪਾਵਰਾਂ ਨੇ। ਜੇ ਉਹ ਕਿਤੇ ਉਦੋਂ ਹੀ ਇਹਦੇ 'ਤੇ ਸ਼ਿਕੰਜਾ ਕੱਸ ਲੈਂਦੇ, ਇਸ 'ਤੇ ਪੂਰਨ ਤੌਰ 'ਤੇ ਪਾਬੰਦੀ ਲਾ ਦਿੰਦੇ ਕਿ ਵੇਖੋ ਗੁਆਂਢ ਪਤਾ ਗੁਆਂਢ ਮੱਥੇ ਦੇ ਕਰਕੇ ਲਿਹਾਜ਼ ਕਰੀ ਜਾਂਦੇ, ਜਾਪਦਾ ਗੁਆਂਢ ਮੱਥੇਦਾਰ ਦੇ ਲਿਹਾਜ਼ ਕਰਦੀ ਹੈ, ਜਿੱਦਾਂ ਗੁਆਂਢ ਮੱਥੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਲਾਗੇ ਨਜ਼ਦੀਕ ਇਹ ਹੁਕਮਨਾਮੇ ਦੀਆਂ ਧੱਜੀਆਂ ਡਾ ਰਿਹਾ ਬੰਦਾ, ਇੰਨਾ ਇਹਨੂੰ ਇੰਨੇ ਡਰ ਹੋ ਕੇ ਬੈਠਾ। ਅੱਜ ਜਥੇਬੰਦੀਆਂ ਨੇ ਪੱਕਾ ਮੋਰਚਾ ਲਾ ਲਿਆ। ਜੇਕਰ ਸ਼੍ਰੋਮਣੀ ਕਮੇਟੀ ਇਹਨਾਂ ਦੇ ਕੋਲੋਂ ਜਿੰਨੀਆਂ ਵੀ ਪੋਥੀਆਂ ਨੇ, ਗੁਰਕੇ ਸਾਹਿਬ ਨੇ, ਅੰਮ੍ਰਿਤ ਕੀਰਤਨ ਨੇ, ਪਹਿਲਾ ਭਾਗ ਹੈ, ਜਪਜੀ ਸਾਹਿਬ ਵਾਲੇ ਨੇ, ਜਿੰਨੇ ਵੀ ਪੋਥੀਆਂ ਵੀ ਲੈ ਕੇ ਆਏ ਹਾਂ, ਜਿਨ੍ਹਾਂ ਦੇ ਵਿੱਚ ਅੰਗ ਹੀ ਨਹੀਂ ਗਏ, ਹੋਰ ਪਤਾ ਨਹੀਂ ਕਿੰਨੀਆਂ ਗਲਤੀਆਂ ਨੇ ਅਸੀਂ ਲੈ ਕੇ ਆਏ ਹਾਂ। ਪਹਿਲਾ ਭਾਗ ਅਸੀਂ ਉਹ ਪੋਥੀਆਂ ਵੀ ਲੈ ਕੇ ਆਏ, ਉਹ ਵੀ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ। ਅਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਜਿਹੜੇ ਇੱਥੇ ਬੈਠੇ ਨੇ, ਜਿਹਨਾਂ ਕੋਲ ਬੜੀਆਂ ਪਾਵਰਾਂ ਨੇ, ਉਹ ਸਤਿਕਾਰ ਕਮੇਟੀ ਦੇ ਬਾਰੇ ਮਿੰਟੋ ਮਿੰਟੀ ਅਖਬਾਰਾਂ 'ਚ ਡੀ ਜੀ ਪੀ ਨੂੰ ਚਿੱਠੀਆਂ ਕੱਢ ਦਿੰਦੇ ਨੇ, ਅਤੇ ਇਹ ਜਿਹੜੇ ਬੈਠੇ ਨੇ ਸਾਡੇ 'ਤੇ ਡਾਂਗਾਂ ਮਾਰਨ ਵਾਸਤੇ, ਵਾਛੜਾਂ ਕਰਨ ਵਾਸਤੇ, ਡਾਂਗਾਂ ਦੀਆਂ ਸਾਡੀਆਂ ਮੋਹਰਾਂ ਭੰਨਣ ਵਾਸਤੇ ਨੇ, ਉਦੋਂ ਟਾਸਕ ਫੋਰਸ ਲੈ ਆਉਂਦੇ ਹਾਂ। ਹੁਣ ਕਿੱਥੇ ਗਈ ਇਹਨਾਂ ਦੀ ਟਾਸਕ ਫੋਰਸ? ਹੁਣ ਲੈ ਕੇ ਆਉਣਾ, ਹੁਣ ਲਿਆਉਣਾ ਇਹਨਾਂ ਨੂੰ ਬਾਹਰ ਨਹਾਣ ਕੇ ਕਿ ਜਿਹਨਾਂ ਨੇ ਮਹਾਰਾਜ ਦੀ ਪਵਿੱਤਰ ਬਾਣੀ ਦਾ ਨਿਰਾਦਰ ਕੀਤਾ। ਇਹਨਾਂ ਕੋਲ ਵੀਡੀਓਗ੍ਰਾਫਰੀਆਂ ਵੀ ਚੱਲ ਗਈਆਂ ਕੱਲ੍ਹ ਦੀਆਂ ਜਿਹੜੇ ਇੱਥੇ ਬੈਠੇ ਨੇ। ਕੱਲ੍ਹ ਦੀ ਕਾਰਵਾਈ ਤੋਂ ਬਾਅਦ ਉਹਨਾਂ 'ਤੇ ਪਰਚਾ ਹੋ ਗਿਆ ਵੈ, ਹੁਣ ਤੁਹਾਡੀ ਕੀ ਮੰਗ ਕੀ? ਪਰਚਾ ਹੋ ਤਾਂ ਗਿਆ ਹੈ, ਉਹਨਾਂ ਨੂੰ ਅਰੈਸਟ ਤੋਂ ਪੁਲਿਸ ਤੁਰੰਤ ਕਰ ਲਵੇ, ਚੰਗੇ ਰਹਿ ਜੂਗੀ ਪੁਲਿਸ ਵੀ। ਅਤੇ ਦੂਸਰਾ ਇਹ ਆ ਕਿ ਇੱਥੋਂ ਅਸੀਂ ਉੱਨੇ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਇਹ ਭਾਵ ਕੇ ਪੋਥੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਕੋਲ ਵਾਪਸ ਨਹੀਂ ਲੈਂਦੀ, ਅਤੇ ਅੱਜ ਤੋਂ ਬਾਅਦ ਇਹ ਕੋਈ ਛਪਾਈ ਨਹੀਂ ਕਰੇਗਾ। ਹੁਣ ਤੁਹਾਡਾ ਪੱਕਾ ਮੋਰਚਾ? ਪੱਕਾ ਮੋਰਚਾ ਸਾਡਾ ਜੀ, ਅਸੀਂ ਨਹੀਂ ਜਾਵਾਂਗੇ ਇੱਥੇ।